ਜਿਹੜਾ ਪਤੀ ਸੀਗਾ ਉਹ ਝਗੜੇ ਬਹੁਤ ਕਰਦਾ, ਨਸ਼ੇ ਬੜੇ ਕਰਦਾ ਸੀਗਾ, ਜਨਾਨੀਆਂ ਨਾਲ ਨਜਾਇਜ਼ ਸੰਬੰਧ, ਗਲਤ ਕੰਮਾਂ ਵਿੱਚ ਵੜਿਆ ਹੋਇਆ ਸੀਗਾ, ਆਪਣੇ ਘਰ ਵੱਲ ਧਿਆਨ ਨਹੀਂ ਦਿੰਦਾ। ਨਰਚਾਂ ਪਾ ਪਾ ਕੇ, ਲੋੜ ਪਾ ਪਾ ਕੇ ਆਂਢੀ ਗੁਆਂਢੀ ਦੱਸਦੇ ਵੀ ਇਹਨੂੰ ਮਾਰਿਆ ਗਿਆ ਵਾ। ਹਾਂਜੀ ਸਰ, ਮੇਰੀ ਸਿਸਟਰ ਦਾ ਕਤਲ ਹੋਇਆ, ਬੜੀ ਬੇਰਹਿਮੀ ਨਾਲ ਕਤਲ ਕੀਤਾ ਵਾ, ਉਹਦੇ ਪਤੀ ਨੇ ਕੀਤਾ ਵਾ, ਮਤਲਬ ਜਿਹੜਾ ਮੇਰਾ ਚੀਜ਼ਾ ਲੱਗਦਾ ਸੀਗਾ ਉਹਨੇ ਹੀ ਮਤਲਬ ਕਿ ਮਾਰ ਦਿੱਤਾ ਆਪਣੀ ਘਰਵਾਲੀ ਨੂੰ, ਬੜੀ ਬੇਰਹਿਮੀ ਨਾਲ ਮਾਰਿਆ ਵਾ। ਅਤੇ ਕੀ ਨਾਮ ਉਹਨਾਂ ਦਾ ਅਤੇ ਕਿਹੜਾ ਪਿੰਡ ਆ? ਪਿੰਡ ਬਤਾਲਾ ਹੈ ਜੀ, ਹਾਂਜੀ, ਸੁਠਿਆਲੇ ਦੇ ਨਾਲ ਹੀ ਪੈਂਦਾ ਵਾ। ਪਤੀ ਦਾ ਨਾਮ ਹੈਗਾ ਕੁਲਦੀਪ ਸਿੰਘ। ਕਿਉਂ, ਕੀ ਕਾਰਨ ਕੀ ਆ ਝਗੜੇ? ਕਾਰਨ ਸਾਰਿਆਂ ਦਾ ਝਗੜਾ ਚੱਲਦਾ ਸੀਗਾ, ਪਰਿਵਾਰਿਕ ਝਗੜਾ ਚੱਲਦਾ ਸੀਗਾ। ਜਿਹੜਾ ਪਤੀ ਸੀਗਾ ਉਹ ਝਗੜੇ ਬਹੁਤ ਕਰਦਾ, ਨਸ਼ੇ ਬੜੇ ਕਰਦਾ ਸੀਗਾ, ਜਨਾਨੀਆਂ ਨਾਲ ਨਜਾਇਜ਼ ਸੰਬੰਧ, ਗਲਤ ਕੰਮਾਂ ਵਿੱਚ ਵੜਿਆ ਸੀਗਾ, ਆਪਣੇ ਘਰ ਵੱਲ ਧਿਆਨ ਨਹੀਂ ਦਿੰਦਾ। ਕੁੜੀ ਸਾਡੀ ਬਹੁਤ ਦੁਖੀ ਸੀ ਵਿਚਾਰੀ, ਆਏ ਦਿਨ ਹੀ ਝਗੜੇ ਚੱਲਦੇ ਸੀਗੇ, ਝਗੜੇ ਦੇ ਕਾਰਨ ਹੀ ਉਹ ਲੜਕੇ ਕੁੜੀ ਨੂੰ ਭੇਜ ਦਿੰਦਾ ਸੀ, ਕੱਢ ਦਿੰਦਾ ਸੀ ਘਰੋਂ। ਕੁੜੀ ਸਾਡੇ ਕੋਲ ਆਉਂਦੀ ਸੀਗੀ, ਮਾਫ਼ੀ ਮੰਗਦਾ ਸੀਗਾ, ਤਰਲੇ ਮਿੰਨਤਾਂ ਕਰਦਾ ਸੀਗਾ, ਮਨਾ ਕੇ ਲੈ ਜਾਂਦਾ ਸੀਗਾ। 15 ਸਾਲ ਹੋ ਗਏ ਇੱਦਾਂ ਝਗੜਾ ਚੱਲਦਾ ਆ ਰਿਹਾ ਜੀ। ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਮੰਗ ਉਹ ਕਰਦੇ ਹਾਂ ਕਿ ਜੀ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ, ਇੱਕ ਅੰਦਰ ਹੀ ਕੰਜਰ ਮਰਨਾ ਚਾਹੀਦਾ ਵਾ, ਜਿੱਦਾਂ ਮੇਰੀ ਭੈਣ ਨੂੰ ਬੇਰਾਮੀ ਨਾਲ ਮਾਰਿਆ ਨਾ ਇਹਨੇ, ਇਹਦੇ ਨਾਲ ਵੀ ਇੱਦਾਂ ਹੀ ਹੋਣੀ ਚਾਹੀਦੀ ਆ। ਰਾਮ ਸਿੰਘ ਜੀ। ਅੱਛਾ ਜੀ, ਕਿਹੜਾ ਪਿੰਡ ਜੀ? ਮਰੜੀ ਕਲਾਂ। ਅੱਛਾ, ਮਰੜੀ ਕਲਾਂ। ਅਤੇ ਜਿਹੜਾ ਕਿ ਇੱਥੇ ਬਤਾਲੇ ਵਿੱਚੋਂ ਕਤਲ ਕੀਤਾ ਗਿਆ ਵਾ, ਤੁਹਾਡੀ ਰਹਿੰਦੇ ਵੀ ਸਾਡੀ ਸਿਸਟਰ ਆ, ਉਹਦਾ ਭੈਣ ਦਾ ਕਤਲ ਹੋ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਕਿ ਚਾਹੁੰਦੇ ਵੀ ਇਹ ਬਹੁਤ ਕੁੜਦਾ ਮਾਰਦਾ, ਇਹ ਨਸ਼ਾ ਤੋਂ ਆਹ ਕਰਦਾ, ਇਹ ਮਾੜਾ ਚੰਗਾ ਉਹਨੂੰ ਬਹੁਤ ਕੁੜਦਾ ਮਾਰਦਾ, ਇਹ ਅੱਖਾਂ 'ਚ ਮਿਰਚਾਂ ਪਾ ਪਾ ਕੇ, ਲੋੜ ਪਾ ਪਾ ਕੇ ਆਂਢੀ ਗੁਆਂਢੀ ਦੱਸਦੇ ਵੀ ਇਹਨੂੰ ਮਾਰਿਆ ਗਿਆ ਵਾ। ਇਹ ਥੋੜ੍ਹੇ ਦਿਨ ਪਹਿਲਾਂ ਜਮਾਨਤ 'ਤੇ ਆਇਆ ਵਾ, ਅਤੇ ਬੁੱਧਵਾਰ ਦੀ ਰਾਤ ਪਿੰਡ ਗਿਆ, ਸਾਡੇ ਕੋਲ ਤਰਲੇ ਕੱਢੇ, ਦਵਾਈਆਂ ਮੰਗੀਆਂ, ਅਤੇ ਸਾਡੀ ਚਾਚੀ ਜੀ ਛੱਡਣ ਆ ਗਏ ਇਹਨਾਂ ਨੂੰ ਕਿ ਸਾਡੇ ਘਰ ਤੋਰੋ, ਵੱਡੇ ਬੱਚੇ ਰੁਲ ਜਾਣਗੇ, ਅਤੇ ਇਹਨਾਂ ਨੇ ਤਰਸ ਕਾ ਕੇ ਉਹਨੂੰ ਤੋਰ ਦਿੱਤਾ, ਅਤੇ ਇਹਨੇ ਮੁੜ ਕੇ ਵੀਰਵਾਰ ਛੱਡ ਕੇ ਆਏ ਆ, ਅਤੇ ਬੁੱਧਵਾਰ ਤੱਕ ਬੁੱਧਵਾਰ ਗਏ ਅਤੇ ਵੀਰਵਾਰ ਉੱਥੇ ਰਹੇ ਆ, ਅਤੇ ਛੱਡ ਕੇ ਆਏ ਤਾਂ ਮੁੜ ਕੇ ਇਹਨੇ ਕੁੱਟਣਾ ਮਾਰਨਾ ਚਾਲੂ ਕਰ ਦਿੱਤਾ। ਲਾਗੋ ਆਂਢੀਆਂ ਗਵਾਂਢੀਆਂ ਨੇ, ਕਿਸੇ ਨੇ ਭੈਣ ਭਰਾ ਨੇ ਫੋਨ ਨਹੀਂ ਕੀਤਾ, ਕਿਤੇ ਬੱਚਿਆਂ ਨੇ ਨਹੀਂ ਕੀਤਾ ਕਿ ਸਾਡੇ ਘਰ 'ਚ ਲੜਾਈ ਝਗੜਾ ਹੋਣ ਡਿਆ ਵਾ, ਅਤੇ ਇਹਨੂੰ ਆ ਕੇ ਲੈ ਜਾਓ, ਆਪਣੀ ਲੜਕੀ ਬਚਾ ਲਓ ਜੇ ਬਚਦੀ। ਤਾਂ ਗੁਨਾਹਗਾਰ ਉਹ ਵੀ ਉਨੇ ਹੀ ਹੈ ਜਿਹੜਾ ਫੋਨ ਨਹੀਂ ਕੀਤਾ। ਉਹਨਾਂ ਦਾ ਪੂਰਾ ਸਾਥ ਇਹਨਾਂ ਦੇ ਨਾਲ ਆ, ਜਾਂ ਤਾਂ ਉਹਨਾਂ ਨੂੰ ਸਾਥ ਨਹੀਂ ਸੀ ਤਾਂ ਉਹਨਾਂ ਨੂੰ ਫੋਨ ਕਰਨਾ ਚਾਹੀਦਾ ਸੀ, ਆਪਣੀ ਲੜਕੀ ਬਚਾ ਲਓ, ਬਚਾ ਸਕਦੇ ਜਿੱਥੇ। ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ? ਪ੍ਰਸ਼ਾਸਨ 'ਚੋਂ ਇਹੋ ਮੰਗ ਚਾਹੁੰਦੇ ਹਾਂ ਵੀ ਇਹਨੂੰ ਸਜ਼ਾ ਦਿੱਤੀ ਜਾਵੇ, ਬਹੁਤ ਵਧੀਆ ਹੈਗਾ, ਹਰ ਇੱਕ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਵੀ ਜਿਹੜਾ ਵੀ ਇਹਦੇ ਬਰ ਖਿਲਾਫ ਗੱਲ ਕਰਦਾ ਉਹਨੂੰ ਆਖਦਾ ਮੈਂ ਟੱਬਰ ਸਮੇਤ ਮਾਰ ਦੂੰ, ਐਂ ਕਰ ਦੂੰ, ਜਿਉਂ ਕਰ ਦੂੰ। ਇਹਦੀ ਸਜ਼ਾ ਵੱਧ ਹੋਣੀ ਚਾਹੀਦੀ, ਇਹਨੂੰ ਸਜ਼ਾ ਵੱਧ ਤੋਂ ਵੱਧ ਦੇਣੀ ਚਾਹੀਦੀ, ਅਸੀਂ ਇਹੋ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ। ਹੁਣ ਤੱਕ ਦੋਸ਼ੀ ਕੁਲਦੀਪ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 34 ਮਿਤੀ 19/2/24 302 IPC ਤਹਿਤ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ, ਅਤੇ ਲੜਕੀ ਦਾ ਅੱਜ ਜਿਹੜਾ ਪੋਸਟਮਾਰਟਮ ਕਰਵਾਇਆ ਜਾਏਗਾ। ਕੀ ਕਾਰਨ ਸੀ ਜੀ ਕੁੱਟਮਾਰ ਕਰਨ ਦਾ? ਕੁੱਟਮਾਰ ਦਾ ਕਾਰਨ ਜੀ, ਇਹਦੇ ਘਰੇਲੂ ਕੇਸ ਦੱਸਿਆ ਜਾ ਰਿਹਾ ਜੀ, ਘਰੇਲੂ ਕੇਸ ਦਿੰਦਾ ਸੀ ਆਪਸ ਵਿੱਚ ਦੋਵਾਂ ਜੀਆਂ ਦਾ, ਜਿਸਨੇ ਲੜਕੀ ਦਾ ਕਤਲ ਕੀਤਾ ਹੈ, ਅਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ, 307 ਦਾ, ਇੱਕ 324 ਦਾ ਜੀ। ਇਹ ਹੁਣੇ ਕਰੀਬ 8 ਦਿਨ ਪਹਿਲਾਂ ਹੀ ਇਹ ਮਾਨਜੋਗ ਹਾਈ ਕੋਰਟ ਵੱਲੋਂ ਇਹਦੀ ਬੇਲ ਲਈ ਗਈ ਸੀ, ਅਤੇ ਬੇਲ 'ਤੇ ਸੀਗਾ ਜੀ। ਦੱਸਿਆ ਜਾਂਦਾ ਕਿ ਨਸ਼ਾ ਕਰਨ ਦਾ ਆਦੀ ਸੀ ਇਹ। ਹਾਂਜੀ, ਲੱਗਦਾ ਵੀ ਨਸ਼ਾ ਕਰਦਾ, ਉਹਨਾਂ ਦੇ ਮੁਤਾਬਿਕ ਬਿਆਨਾਂ ਮੁਤਾਬਕ, ਘਰ ਵਾਲੇ ਇਹਨਾਂ ਦੇ ਬਿਆਨਾਂ ਮੁਤਾਬਕ ਹੈਗਾ ਵੀ ਉਹ ਨਸ਼ਾ ਵੀ ਕਰਦਾ ਸੀਗਾ, ਪਹਿਲਾਂ ਵੀ ਕਾਫੀ ਨਸ਼ਾ ਕਰਦਾ ਸੀ। ਹੁਣ ਕਿਸੇ ਦੀ ਗ੍ਰਿਫਤਾਰੀ ਪਾਈ ਗਈ ਹਜੇ ਤੱਕ ਜਾਂ? ਨਹੀਂ, ਛਾਪੇਮਾਰੀ ਕੀਤੀ ਜਾ ਰਹੀ ਹੈ ਜੀ, ਇੱਕ ਦੋ ਦਿਨ 'ਚ ਗ੍ਰਿਫਤਾਰ ਕਰਕੇ ਜਾਂ ਦੋਸ਼ੀ ਨੂੰ ਆ ਉਹ ਜੇਲ੍ਹ ਦੀਆਂ ਸਲਾਖਾਂ ਭੇਜਿਆ ਜਾਵੇਗਾ।